ਗੁਰੂ ਘਰ ਦੇ ਅਨੇਕ ਸੇਵਕ ਭਾਈ ਜਗਤੂ ਜੀ ਦੀ ਯਾਦ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਮਹਾਨ ਗੁਰਮਤਿ ਸਮਾਗਮ ਮਿਤੀ 19 ਨਵੰਬਰ ਨੂੰ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੋਂ 10:30 ਵਜੇ ਤੱਕ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਹਾਜੀ ਰਤਨ ਸਾਹਿਬ ਪਾਤਸ਼ਾਹੀ 10ਵੀਂ ਬਠਿੰਡਾ ਵਿਖੇ ਕਰਵਾਇਆ ਗਿਆ। ਇਸ ਮੌਕੇ 'ਤੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ 'ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਪਹੁੰਚੀਆਂ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। Oh.
Thank you.
ਹਜ਼ੂਰੀ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਮੁਬਾਰਕ ਚਰਨਾਂ ਨਾਲ ਨਿਵਾਜਿਆ ਹੋਇਆ ਅਸਥਾਨ ਗੁਰਦੁਆਰਾ ਹਾਜੀ ਰਤਨ ਵਿਖੇ ਆਪ ਜੀ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਗਏ ਔਰ ਇਹ ਦੀਵਾਨ ਬਠਿੰਡਾ ਸ਼ਹਿਰ ਦੀਆਂ ਸਮੂਹ ਸੰਗਤਾਂ ਵੱਲੋਂ ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਦਮ ਉਪਰਾਲੇ ਨਾਲ ਆਪ ਜੀ ਇਸ ਸਮਾਗਮ ਦਾ ਆਨੰਦ ਮਾਣ ਰਹੇ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਕੇ ਗਏ ਔਰ ਉਹਨਾਂ ਨੇ ਕੀਰਤਨ ਦੇ ਵਿੱਚ ਇੱਕ ਸ਼ਬਦ ਪ੍ਰਮਾਣ ਵਜੋਂ ਲਾਇਆ ਧੰਨ ਧੰਨ ਸੋ ਗੁਰ ਸਿੱਖ ਕਹੀ ਹੈ ਜੋ ਸਤਿਗੁਰ ਚਰਨੀ ਜਾਏ ਪਏ ਆਪਾਂ ਸਾਰਿਆਂ ਨੇ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਨੂੰ ਸਰਵਣ ਕੀਤਾ ਔਰ ਇਹ ਸਮਾਗਮ ਸਤਿਗੁਰੂ ਦੀ ਬਖਸ਼ਿਸ਼ ਨਾਲ ਨਿਵਾਜੇ ਹੋਏ ਗੁਰੂ ਰਾਮਦਾਸ ਦੀ ਅਸੀਸ ਨਾਲ ਜਿਨ੍ਹਾਂ ਦਾ ਜਨਮ ਹੋਇਆ ਸਨਮਾਨਯੋਗ ਭਾਈ ਭਗਤੂ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਆਓ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਕੁਛ ਸਮਾਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਔਰ ਬਾਬਾ ਭਗਤੂ ਸਾਹਿਬ ਜੀ ਦੇ ਜੀਵਨ ਵਿੱਚੋਂ ਜੋ ਗੁਰੂ ਰਾਮਦਾਸ ਨੇ ਉਸ ਘਰ ਵਿੱਚ ਬਖਸ਼ਿਸ਼ ਵਰਤਾਈ ਉਸ ਸੰਬੰਧੀ ਮੈਂ ਕੁਛ ਬੇਨਤੀਆਂ ਕਰਨੀਆਂ ਨੇ ਖਾਮੋਸ਼ ਹੋਣ ਨਾਲ ਪ੍ਰਭਾਵ ਨਹੀਂ ਪੈਂਦਾ ਜਿੰਨੀ ਦੇਰ ਤੱਕ ਸਾਡੇ ਮਨ ਦੇ ਖਿਆਲ ਨਹੀਂ ਸਨ ਕੋਈ ਚੀਜ਼ਾਂ ਜਿਵੇਂ ਕਿ ਸਾਡੇ ਅੰਦਰ ਫੁਰਨੇ ਨੇ ਜਾਂ ਥੋਟਸ ਨੇ ਜਾਂ ਖਿਆਲ ਨੇ ਉਹ ਜਾਂ ਸਾਡੀ ਬੋਡੀ ਦਾ ਸਰੀਰ ਦਾ ਔਰਾ ਬਣੇ ਜਿਵੇਂ ਜਾਂ ਸਾਡਾ ਔਰਾ ਬਣੇਗਾ ਉਹ ਜਾਂ ਪ੍ਰਭਾਵ ਸਾਡੇ ਕੋਲ ਬੈਠਣ ਵਾਲੇ ਤੇ ਪੈਣਾ ਮੈਂ ਇਸ ਕਰਕੇ ਬੇਨਤੀ ਕਰਾਂਗਾ ਆਪ ਜਿਤਨੇ ਵੀ ਇੱਥੇ ਬੈਠੇ ਬਿਲਕੁਲ ਭੁੱਲ ਜਾਇਓ ਸਾਡੀ ਪਦਵੀ ਕੀ ਸਾਡਾ ਰੁਤਬਾ ਕੀ ਸਾਡੇ ਕੋਲ ਕਿੰਨਾ ਕੁਛ ਗੁਰੂ ਸੰਗਤ ਵਿੱਚ ਬੈਠਿਆ ਇੱਕ ਗੱਲ ਜ਼ੇਹਨ 'ਚ ਲੈ ਕੇ ਬੈਠੀ ਹੈ ਜਿਸ ਦੇ ਗੋਹੇ ਕੇ ਬੈਠੇ ਹਾਂ ਇਹ ਦਾਤਾ ਹੈ ਅਸੀਂ ਇਹਦੇ ਦਰ ਦੇ ਭਿਖਾਰੀ ਜੇ ਮਨ ਦੇ ਪਿਆਰ ਬਣਾਵਾਂਗੇ ਤੇ ਬਖਸ਼ਿਸ਼ ਵਰਤੇ ਕਰੋ ਕਿਰਪਾ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਅਸੀਸ ਬਖਸ਼ੋ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਭਾਈ ਸਾਹਿਬ ਨੇ ਜਦੋਂ ਸ਼ਬਦ ਪੜ੍ਹ ਰਹੇ ਸਨ ਤੇ ਦਾਸ ਦੇ ਮਨ ਚ ਇਹ ਖਿਆਲ ਆਇਆ ਇਹ ਸਮਾਗਮ ਗੁਰਸਿੱਖ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸ਼ਬਦ ਉਹਨਾਂ ਪੜ੍ਹਿਆ ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜੋ ਸਤਿਗੁਰ ਚਰਨੀ ਜਾਏ ਪਏ ਲਫ਼ਜ਼ੀ ਅਰਥ ਇਹਦੇ ਬੜੇ ਸੌਖੇ ਸ਼ਬਦੀ ਅਰਥ ਨੇ ਧੰਨ ਧੰਨ ਦਾ ਅਰਥ ਅਸੀਂ ਕਰਾਂਗੇ ਉਹਦੀ ਵਡਿਆਈ ਕਰ ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਧੰਨ ਲਫ਼ਜ਼ ਜੋ ਹੈ ਇਸ ਨੂੰ ਹਜ਼ੂਰ ਨੇ ਬਹੁਤ ਅਰਥਾਂ ਦੇ ਵਿੱਚ ਵਰਤਿਆ ਬੜੇ ਸਰਲ ਪੇਂਡੂ ਸ਼ਬਦ ਨੇ ਵਰਤਣੇ ਨੇ ਅਸੀਂ ਧੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਉਚਾਰਨ ਇੱਕ ਹੈ ਸਪੈਲਿੰਗ ਇੱਕ ਹੈ ਸ਼ਬਦ ਦੀ ਬਣਤਰ ਅੱਖਰਾਂ ਦੀ ਇੱਕੋ ਜਿਹੀ ਪਰ ਅਰਥ ਸਾਰੀਆਂ ਥਾਵਾਂ ਤੇ ਧੰਨ ਲਫ਼ਜ਼ ਦੇ ਇੱਕੋ ਜਿਹੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ ਤੇ ਇਹ ਵੀ ਮੈਂ ਅਰਜ਼ ਕਰਨੀ ਚਾਹੁੰਦਾ
ਜੇ ਅਸੀਂ ਧਨ ਧਨ ਲੱਭ ਕਿਸੇ ਸਨਮਾਨਿਤ ਰੂਹਾਨੀਅਤ ਵਾਲੀ ਸ਼ਖਸੀਅਤ ਵੀ ਵਰਤਾਂਗੇ, ਸਾਡਾ ਉਹਦੇ ਨਾਲ ਕੀ ਬਣੇ, ਸਾਨੂੰ ਉਹਦਾ ਫਾਇਦਾ ਕੀ ਹੋਵੇ। ਪਹਿਲੀ ਬੇਨਤੀ ਹੈ ਧਨ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਕਿਸ ਅਰਥਾਂ ਵਿੱਚ ਵਰਤਿਆ। ਇੱਕ ਤਾਂ ਜਦੋਂ ਧਨ ਦਾ ਜ਼ਿਕਰ ਆਮ ਬੰਦੇ ਕੋਲ ਕਰੋ ਤੇ ਉਹਦਾ ਧਿਆਨ ਮਾਇਆ ਵੱਲ ਜਾਏਗਾ, ਕਰੰਸੀ ਵੱਲ ਜਾਏਗਾ, ਜਾਂ ਇਹਨੂੰ ਕਹਿ ਲਓ ਬਾਹਰ ਦੇ ਪਦਾਰਥਾਂ ਵੱਲ ਜਾਏਗਾ। ਧਨ ਸ਼ਬਦ ਵਰਤਾਂਗੇ ਤੇ ਅਸੀਂ ਕਹਾਂਗੇ ਇਹਦਾ ਅਰਥ ਮਾਇਆ। ਆਹ ਗੁਰੂ ਗ੍ਰੰਥ ਸਾਹਿਬ ਵਿੱਚ ਧਨ ਦਾ ਲਫ਼ਜ਼ੀ ਅਰਥ ਮਾਇਆ ਵੀ ਹੈ। ਅਸੀਂ ਪਾਠ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਕਾਚਾ ਧਨ ਸੰਚੈ ਮੂਲ ਗਵਾ, ਉੱਥੇ ਲਫ਼ਜ਼ ਧਨ ਹੈ ਪਰ ਨਾਲ ਸ਼ਬਦ ਮਹਾਰਾਜ ਨੇ ਦਰਜ ਕੀਤਾ ਕਾਚਾ, ਤੇ ਕਾਚਾ ਦਾ ਲਫ਼ਜ਼ੀ ਅਰਥ ਹੈ ਜਿੰਨੇ ਖਤਮ ਹੋ ਜਾਣ। ਉੱਥੇ ਕਾਚਾ ਧਨ ਦਾ ਅਰਥ ਦੌਲਤ ਕਰ ਲਓ, ਮਾਇਆ ਕਰ ਲਓ, ਪਦਾਰਥ ਕਰ ਲਓ। ਦੂਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਧਨ ਦਾ ਲਫ਼ਜ਼ੀ ਅਰਥ ਪਰਮਾਤਮਾ ਦਾ ਨਾਮ ਵੀ ਆਇਆ। ਧਨ ਦਾ ਅਰਥ ਇਕੱਲਾ ਦੌਲਤ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਚਨ ਹੁੰਦਾ ਇਹ ਧਨ ਅਖੁੱਟ ਨਾਮ ਖੁੱਟੈ ਨਾ ਜਾਏ, ਉੱਥੇ ਸ਼ਬਦ ਸੀ ਕਾਚਾ ਧਨ, ਇੱਥੇ ਲਫ਼ਜ਼ ਆਇਆ ਇਹ ਧਨ ਅਖੁੱਟ। ਜਿੱਥੇ ਧਨ ਅਖੁੱਟ ਸ਼ਬਦ ਆਇਆ ਇਹਦਾ ਸਿੱਧਾ ਅਰਥ ਹੈ ਕਿ ਪਰਮਾਤਮਾ ਦੀ ਬਖਸ਼ੀ ਹੋਈ ਰੂਹਾਨੀਅਤ ਦੀ ਦਾਤ। ਉਹਨੂੰ ਨਾਮ ਕਹੋ, ਉਹਨੂੰ ਸ਼ਬਦ ਕਹੋ, ਉਹਨੂੰ ਬਾਣੀ ਕਹੋ, ਸਪਿਰਚੁਐਲਿਟੀ ਨਾਲ ਜੁੜਿਆ ਹੋਇਆ ਸ਼ਬਦ ਹੈ ਇੱਥੇ ਅਖੁੱਟ ਧਨ ਦਾ ਉੱਥੇ ਨਾਮ। ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਧਨ ਦੇ ਲਫ਼ਜ਼ੀ ਅਰਥ ਗੋਡੀ ਵੀ ਹੈ ਕਾਇਆ ਵੀ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਹੁੰਦਾ ਧਨ ਕਹਿ ਤੂੰ ਵਸ ਮੈਂ ਨਾ ਲੈ, ਦੇਖੋ ਉਜਾਣ ਨੂੰ ਇੱਕੋ ਕਰ ਰਹੇ ਪਰ ਅਰਥ ਇੱਕੋ ਨਹੀਂ ਰਹਿਣਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਰਮਾ ਕਰਨਾ ਬਿਲਕੁਲ ਜਿਹੜਾ ਘੰਟਾ ਬੋਲਣਾ ਆਪਣੇ ਵਿਸ਼ੇ ਤੋਂ ਬਾਹਰ ਨਹੀਂ ਨਿਕਲਣਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਜੇ ਮੈਂ ਜਿਹੜੇ ਸ਼ਬਦ ਤਾਂ ਵਰਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਸੀ ਸਾਰੇ ਟੇਕਣੇ ਗੱਲ ਅਸੀਂ ਸਾਰੇ ਕਰਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਪਰ ਚੇਤੇ ਰੱਖੋ ਗੁਰੂ ਗ੍ਰੰਥ ਸਾਹਿਬ ਨੂੰ ਤੂੰ ਟਾਵਾਂ ਟਾਵਾਂ ਪਿਆਰ ਤੋਂ ਪੜ੍ਹਨ ਵਾਲਾ। ਮੈਂ ਇੱਕ ਬੇਨਤੀ ਤੁਹਾਨੂੰ ਕਰਦੇ ਹਾਂ, ਇਹ ਦਮਦਮਾ ਸਾਹਿਬ ਨੇ ਕੀਤੀ ਸੀ ਜਿੱਦਣ ਸ਼ੁਰੂਆਤ ਪ੍ਰਬੰਧਕ ਕਮੇਟੀ ਨੇ ਕੀਤੀ, ਮੈਂ ਅਰਥ ਕੀਤੀ ਸੀ ਜੇ ਇੱਕ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਨਾ ਤੇ ਚਾਰ ਸਾਲਾਂ 'ਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ। ਜੇ ਚਾਰ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਇੱਕ ਸਾਲ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ। ਅਸੀਂ ਅਖਬਾਰ, ਅਸੀਂ ਫੇਸਬੁੱਕ, ਵਟਸਐਪ, ਕਿਹੜਾ ਬੰਦਾ ਜਿਹਦੇ ਕੋਲ ਫੋਨ ਹੈ ਕਿਵਾਂ ਕਰਿਓ, ਮੇਰਾ ਖਿਆਲ 90% ਬੰਦੇ ਆਪਣੇ ਇੱਕ ਦਿਨ ਦੇ ਵਿੱਚ ਚਾਰ ਚਾਰ ਪੰਜ ਪੰਜ ਘੰਟੇ ਇਹਨਾਂ ਇਸ ਪਾਸੇ ਧਿਆਨ ਦੇ ਰਹੇ ਨੇ। ਮੈਂ ਚਾਰ ਘੰਟੇ ਨਹੀਂ ਕਹਿੰਦਾ, ਇਹਨਾਂ ਸਿਰਫ ਚਾਰ ਅੰਗ ਪੜ੍ਹ ਦਿਓ, ਧਿਆਨ ਨਾਲ ਪੜ੍ਹੋਗੇ ਤੇ 20 ਮਿੰਟ 15 ਮਿੰਟ ਜੇ ਘੱਟ ਸਮਾਂ ਕਰਾਂ 12 ਮਿੰਟਾਂ ਵਿੱਚ ਚਾਰ ਅੰਗਾਂ ਦਾ ਪਾਠ ਹੋ ਜਾਏਗਾ ਤੇ ਪਿਆਰੋ ਇੱਕ ਸਾਲ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ। ਦੀ ਆਸ ਪੂਰੀ ਕਰ ਦਿੰਦੀ ਜਿਸ ਬੰਦੇ ਦੇ ਘਰ ਗੁਰੂ ਕੋਲ ਰੋਟੀ ਨਹੀਂ ਪੱਕਦੀ। ਮੈਂ ਬੇਨਤੀ ਕਰਾਂਗਾ, ਭਾਈ ਸਾਹਿਬ ਮਾਲਵੇ ਦਾ ਜ਼ਿਕਰ ਕਰ ਰਹੇ ਸਨ, ਇਸ ਕਰਕੇ ਮੈਂ ਤੁਹਾਡੇ ਇਲਾਕੇ ਨੂੰ ਬੇਠਾ ਦਿੱਤਾ, ਇਹ ਇਲਾਕਾ ਜ਼ਰੂਰ ਦੀ ਬਖਸ਼ਿਸ਼ ਨਾਲ ਵਾਜਿਆ ਗੁਰੂ ਗੋਬਿੰਦ ਸਿੰਘ ਸਾਰੇ ਭਾਈ ਕਿਰਪਾ ਕਰਕੇ ਗੁਰੂ ਗ੍ਰੰਥ ਮਹਾਰਾਜ ਦੇ ਅਰਥ ਸਤਿਕਾਰ ਦਿਓ ਤਾਂ ਕਿ ਆਪਾਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹੋਏ ਇੱਕ ਵਾਰ ਦੇਗ ਪਟਾਈ ਗਏ ਜੀ ਨਗਰ ਵੀ ਲੱਗ ਰਹੇ ਹਨ। ਸੋ ਸਾਡਾ ਬੇਨਤੀ ਹੈ ਭਾਈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ। ਨਿਮਕ ਲੇਖ ਹਰ ਨਾਮ
ਦਾਨ ਦੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਪਥ ਗੁਰ ਤੇ ਮਹਿਲ ਪ੍ਰਾਪ ਤੇ ਮਹਿਲ ਪ੍ਰਾਪ ਤੇ ਜਿਸ ਲਿਖਿਆ ਹੋਵੇ ਮੱਥ ਲੱਖ ਖੁਸ਼ੀਆਂ ਪਾ